ਮੋਹ ਕਰ ਲੈਂਦੇ। ਜਿਵੇਂ ਦਸਵੇਂ ਪਾਤਸ਼ਾਹ ਨੇ ਲਿਖਿਆ ਨਾ ਗੁਰਬਾਣੀ ਦੇ ਅੰਦਰ, ਹੈ 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 ਸਭ ਜਗ ਭਇਓ, ਜੈ 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 ਸੁਰਲੋਕ, ਐਸੀ ਜੈ ਜੈ ਕਰਕੇ ਦੇਵਤੇ ਵੀ ਸਫਲੇ ਹੋ ਜਾਂਦੇ। ਗੁਰਮੁਖੋ, ਅੱਜ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਜੋ ਪ੍ਰਕਾਸ਼ ਦਿਹਾੜਾ ਹੈ ਉਹ ਸਾਨੂੰ ਪ੍ਰਾਪਤ ਹੋ ਰਿਹਾ ਹੈ। ਅੱਜ ਦੇ ਦਿਨ ਧੰਨ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਬਣਿਆ ਹੋਇਆ, ਆਪ ਸੰਗਤਾਂ ਦਰਸ਼ਨ ਕਰੋਗੇ, ਜਿੱਥੇ ਭਾਈ ਛੱਲੋ ਜੀਆਂ ਦਾ ਗੁਰਦੁਆਰਾ ਹੈ, ਜਿੱਥੇ ਪਾਥੀਆਂ ਲੈ ਕੇ ਸੰਗਤਾਂ ਜਾਂਦੀਆਂ, ਉਹਦੇ ਨੇੜੇ ਹੀ ਇਹ ਸਥਾਨ ਬਣਿਆ। ਇਸ ਸਥਾਨ ਦੇ ਉੱਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਇਸ ਧਰਤੀ ਨੂੰ ਭਾਗ ਲਾਉਂਦਿਆਂ ਹੋਇਆਂ ਮਾਤਾ ਸਾਹਿਬ ਮਾਤਾ ਨਾਨਕੀ ਜੀ ਅਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀਆਂ ਦੇ ਗ੍ਰਹਿ ਵਿਖੇ ਮਹਾਰਾਜ ਨੇ ਅਵਤਾਰ ਧਾਰਿਆ। ਜਿਸ ਵੇਲੇ ਸਤਿਗੁਰੂ ਜੀ ਦਾ ਅਵਤਾਰ ਹੋਇਆ, ਕੁਝ ਦਿਨਾਂ ਬਾਅਦ ਮਾਤਾ ਨਾਨਕੀ ਜੀ ਹੋਰ ਸੰਗਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੂੰ ਆਪਣੀ ਗੋਦੀ ਵਿੱਚ ਚੱਕ ਕੇ ਜਿਸ ਵੇਲੇ ਲੈ ਕੇ ਆਏ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਮਹਾਰਾਜ ਸਾਹਿਬ ਜਿਸ ਨੂੰ ਅਕਾਲ ਬੁੰਗਾ ਕਿਹਾ ਜਾਂਦਾ ਹੈ, ਇੱਥੇ ਪਾਤਸ਼ਾਹ ਦੀਵਾਨ ਸਜਾ ਕੇ ਬੈਠੇ ਹੋਏ, ਸੰਗਤਾਂ ਬੈਠੀਆਂ ਹੋਈਆਂ, ਪਰਿਵਾਰ ਆ ਗਿਆ। ਉਸ ਵੇਲੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਸਤਿਗੁਰਾਂ ਦੀ ਝੋਲੀ ਵਿੱਚ ਬਿਠਾਇਆ, ਨਾਲ ਹੀ ਬੇਨਤੀ ਕੀਤੀ ਪਰਿਵਾਰ ਨੇ, ਕਹਿਣ ਲੱਗੇ ਸਤਿਗੁਰੂ ਆਪ ਕਿਰਪਾ ਕਰੋ, ਇਹਨਾਂ ਦਾ ਨਾਮਕਰਨ ਕਰੋ ਆਪਣੇ ਮੁੱਖ ਤੋਂ। ਜਦੋਂ ਇਹ ਬਚਨ ਕੀਤਾ, ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਝੋਲੀ ਵਿੱਚ ਬੈਠਿਆਂ ਬੈਠਿਆਂ ਆਪਣੇ ਪਿਤਾ ਸਤਿਗੁਰੂ ਦੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ। ਸਤਿਗੁਰਾਂ ਨੇ ਆਪਣੇ ਛੋਟੇ ਛੋਟੇ ਹੱਥਾਂ ਦੇ ਨਾਲ ਦੋਨਾਂ ਤਲਵਾਰਾਂ ਦੇ ਮੁੱਠੇ ਆਪਣੇ ਹੱਥ ਵਿੱਚ ਫੜ ਲਏ, ਇੱਕ ਸੱਜੇ ਹੱਥ ਨਾਲ ਇੱਕ ਖੱਬੇ ਹੱਥ ਦੇ ਨਾਲ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਹ ਕੌਤਕ ਵੇਖ ਕੇ ਉਸ ਵੇਲੇ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਭਾਈ ਇਹਨਾਂ ਦਾ ਨਾਮਕਰਨ ਅਸੀਂ ਕੀ ਕਰਨਾ ਹੈ, ਇਹਨਾਂ ਨੇ ਆਪਣੇ ਨਾਮਕਰਨ ਆਪੇ ਹੀ ਕਰ ਲਿਆ ਹੈ। ਸੰਗਤ ਨੇ ਪੁੱਛਿਆ, ਮਹਾਰਾਜ ਸਾਹਿਬ ਜੀ ਸਮਝ ਨਹੀਂ ਆਈ ਹੈ। ਕਹਿਣ ਲੱਗੇ ਇਹਨਾਂ ਨੇ ਸਾਡੀ ਝੋਲੀ ਵਿੱਚ ਬੈਠਦਿਆਂ ਸਭ ਤੋਂ ਪਹਿਲਾਂ ਤੇਗ ਨੂੰ ਹੱਥ ਪਾਇਆ ਹੈ, ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ ਸੰਸਾਰ ਦੇ ਵਿੱਚ, ਔਰ ਐਸੇ ਤੇਗ ਬਹਾਦਰ ਤੇਗ ਦੇ ਬਹਾਦਰ ਹੋਣਗੇ ਕਿ ਜ਼ੁਲਮ ਦੀ ਤੇਗ ਜਿਹੜੀ ਇਹਨਾਂ ਦੇ ਅੱਗੇ ਖੁੰਡੀ ਹੋ ਜਾਏਗੀ, ਪਰ ਇਹਨਾਂ ਦਾ ਵਾਲ ਤੱਕ ਨਹੀਂ ਵਿੰਗਾ ਕਰ ਸਕੇਗੀ, ਜ਼ੁਲਮ ਦੀ ਤੇਗ ਨੂੰ ਇਹ ਖੁੰਡਿਆਂ ਕਰਕੇ ਰੱਖ ਦੇਣਗੇ। ਐਸਾ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਕਰਕੇ ਮਹਾਰਾਜ ਸਾਹਿਬ ਜੀ ਦਾ ਨਾਮਕਰਨ ਕੀਤਾ, ਐਸੀਆਂ ਦਾਤਾਂ ਬਖਸ਼ਿਸ਼ ਕੀਤੀਆਂ। ਸਮਾਂ ਬਤੀਤ ਹੋਇਆ, ਮਹਾਰਾਜ ਸਾਹਿਬ ਜੀ 13 ਸਾਲ ਦੀ ਉਮਰ ਨੂੰ ਪ੍ਰਾਪਤ ਹੋਏ। ਗੁਰਮੁਖੋ ਸਮਾਧੀ ਲਾ ਕੇ ਬੈਠੇ ਰਹਿੰਦੇ, ਨੇਤਰ ਬੰਦ ਹੀ ਰੱਖਦੇ ਅਤੇ ਹਰ ਵੇਲੇ ਵਾਹਿਗੁਰੂ ਮੰਤਰ ਦਾ ਚਿੰਤਨ ਰਹਿੰਦਾ ਹੈ। ਇੱਕ ਦਿਨ ਮਾਤਾ ਸਾਹਿਬ ਮਾਤਾ ਨਾਨਕੀ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਕਹਿਣ ਲੱਗੇ ਸਤਿਗੁਰੂ, ਬਾਕੀ ਤਾਂ ਆਪ ਜੀ ਦੇ ਚਾਰ ਸਾਹਿਬਜ਼ਾਦੇ ਜਿਹੜੇ ਸੰਸਾਰੀ ਕਾਰੀ ਵਿਹਾਰ ਨੂੰ ਜਾਣਦੇ ਨੇ, ਕਾਰ ਵਿਹਾਰ ਕਰਨੀ ਜਾਣਦੇ, ਸੰਗਤਾਂ ਨਾਲ ਬਹਿਣਾ ਉੱਠਣਾ ਮਿਲਣਾ ਜੁਲਣਾ ਗੱਲਬਾਤ ਕਰਨੀ ਕੰਮ ਕਾਰ ਕਰਨੇ ਸਾਰੀ ਸੋਝੀ ਰੱਖਦੇ, ਇਹ ਆਪ ਜੀ ਦਾ ਸਭ ਤੋਂ ਛੋਟਾ ਪੁੱਤਰ ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਹਨ, ਇਹ ਕਿਸੇ ਸੰਸਾਰ ਦੇ ਕਾਰ ਵਿਹਾਰ ਨੂੰ ਕਰਨਾ ਨਹੀਂ ਜਾਣਦੇ, ਬੜਾ ਹੀ ਭੋਲਾ ਸੁਭਾਅ ਹੈ, ਹਰ ਵੇਲੇ ਨੇਤਰ ਬੰਦ ਕਰਕੇ ਸਮਾਧੀ ਲਾਈ ਰੱਖਦੇ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਚਨ ਸੁਣ ਕੇ ਆਖਿਆ, ਕਹਿਣ ਲੱਗੇ ਨਾਨਕੀ ਜੀ, ਇੱਕ ਸਮਾਂ ਐਸਾ ਆਵੇਗਾ ਇਹ ਤੁਹਾਡੇ ਪੁੱਤਰ ਜਿਹੜੇ ਨੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਧਰਮ ਦੀ ਰੱਖਿਆ ਕਰਨਗੇ, ਇਹ ਐਸੇ ਧਰਮ ਧੁਰੰਦਰ ਹੋਣਗੇ, ਸਮਾਂ ਆਵੇਗਾ ਅਤੇ ਇਹਨਾਂ ਨੇ ਐਸੇ ਕੌਤਕ ਜਿਹੜੇ ਸੰਸਾਰ ਦੇ ਵਿੱਚ ਵਰਤਾਉਣੇ। ਇਸ ਤਰ੍ਹਾਂ ਮਹਾਰਾਜ ਗੁਰੂ ਹਰਗੋਬਿੰਦ ਪਾਤਸ਼ਾਹ ਦੀਆਂ ਖੁਸ਼ੀਆਂ
ਬਚਪਨ ਦੇ ਵਿੱਚ ਹੀ ਆਪ ਜੀ ਨੇ ਸੇਵਾ ਸਿਮਰਨ ਕਰਦਿਆਂ ਹੋਇਆਂ ਪ੍ਰਾਪਤ ਕੀਤੀਆਂ। ਸਤਿਗੁਰੂ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ ਅਤੇ ਜੰਗ ਦੇ ਵਿੱਚ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਵੀ ਉਸ ਵੇਲੇ ਜੰਗ ਦੇ ਵਿੱਚ ਆਪਣੀ ਸੇਵਾ ਕਰਦੇ ਪਏ। ਮਾਤਾ ਨਾਨਕੀ ਜੀ ਨੇ ਰੁਕਿਆ, ਕਹਿਣ ਲੱਗੇ ਪੁੱਤਰ ਜੀ ਤੁਹਾਡੀ ਬੜੀ ਛੋਟੀ ਉਮਰਾਂ ਹੈ, ਤੁਹਾਡੇ ਵਾਸਤੇ ਜੰਗ ਵਿੱਚ ਜਾਣਾ ਠੀਕ ਨਹੀਂ, ਤੁਸੀਂ ਘਰੇ ਰਹੋ, ਇਹ ਬਾਕੀ ਸਿੰਘ ਹੈ ਸਿੱਖ ਹੈਗੇ ਮਹਾਰਾਜ ਦੇ, ਆਪ ਸਤਿਗੁਰੂ ਜੰਗ ਨੂੰ ਆਪੇ ਵੇਖ ਲੈਣਗੇ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਮਾਤਾ ਜੀ ਜਦੋਂ ਦੁਸ਼ਮਣ ਘਰ ਹੀ ਚੜ੍ਹ ਕੇ ਆ ਜਾਵੇ ਨਾ, ਤਾਂ ਫਿਰ ਉਸ ਵੇਲੇ ਇਹ ਵਿਚਾਰਾਂ ਨਹੀਂ ਕਰੀਦੀਆਂ ਵੀ ਘਰੇ ਹੀ ਬੈਠ ਰਹੀਏ, ਸੋ ਸਾਨੂੰ ਵੀ ਜੰਗ ਮੈਦਾਨ ਵਿੱਚ ਜਾਣਾ ਚਾਹੀਦਾ ਹੈ। ਬੜਾ ਬਹਾਦਰੀ ਦਾ ਜੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਸਾਹਿਬ ਦਾ ਲੜਿਆ। ਐਸੀ ਬਹਾਦਰੀ ਵੇਖ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ, ਕਹਿਣ ਲੱਗੇ ਅੱਜ ਇਹਨਾਂ ਨੇ ਨਾਮ ਆਪਣਾ ਤੇਗ ਬਹਾਦਰ ਜੰਗ ਲੜ ਕੇ ਸਫਲਾ ਕਰ ਲਿਆ ਹੈ। ਜਿਸ ਤਰ੍ਹਾਂ ਦੀ ਤੇਗ ਅੱਜ ਇਹਨਾਂ ਨੇ ਜੰਗੇ ਮੈਦਾਨ ਅੰਦਰ ਵਾਹੀ ਹੈ, ਇਸ ਤਰ੍ਹਾਂ ਦੀ ਤੇਗ ਤਾਂ ਕੋਈ ਵੱਡੇ ਤਾਂ ਵੱਡੇ ਤੋਂ ਵੱਡਾ ਸੂਰਮਾ ਵੀ ਨਹੀਂ ਵਾਹ ਸਕਦਾ ਹੈ। ਐਸੀਆਂ ਐਸੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਫਿਰ ਸਤਿਗੁਰੂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਚਲੇ ਗਏ। ਆਪ ਸੰਗਤਾਂ ਇਤਿਹਾਸ ਤੋਂ ਜਾਣੂ ਹੋ, ਉੱਥੇ ਜਾ ਕੇ ਮਹਾਰਾਜ ਨੇ ਗੁਰਤਾ ਗੱਦੀ ਧੰਨ ਗੁਰੂ ਹਰਿਰਾਏ ਪਾਤਸ਼ਾਹ ਮਹਾਰਾਜ ਜੀਆਂ ਨੂੰ ਬਖਸ਼ਿਸ਼ ਕਰ ਦਿੱਤੀ। ਮਾਤਾ ਨਾਨਕੀ ਜੀ ਨੇ ਫਿਰ ਆਖਿਆ, ਮਹਾਰਾਜ ਸਾਹਿਬ ਜੀ ਆਪ ਜੀ ਨੇ ਗੁਰਿਆਈ ਅਤੇ ਪੋਤਰੇ ਨੂੰ ਬਖਸ਼ਿਸ਼ ਕੀਤੀ ਹੈ, ਆਪਣੇ ਪੁੱਤਰ ਵਾਸਤੇ ਮਹਾਰਾਜ ਆਪ ਕੋਈ ਨਹੀਂ। ਬਾਬਾ ਸੂਰਜਮੱਲ ਨੂੰ ਵੀ ਉਸ ਵੇਲੇ ਮਾਤਾ ਮਰਵਾਈ ਜੀ ਨਾਲ ਲੈ ਕੇ ਚੱਲ ਪਏ ਸਨ ਕਿ ਆਪਾਂ ਨੂੰ ਗੁਰਤਾ ਗੱਦੀ ਨਹੀਂ ਮਿਲੀ, ਆਪਾਂ ਕੀ ਕਰਨਾ ਹੈ, ਕਿਉਂਕਿ ਬਾਬਾ ਗੁਰਦਿੱਤਾ ਅਤੇ ਬਾਬਾ ਅਟਲ ਰਾਏ ਜੀ ਪਹਿਲਾਂ ਹੀ ਸਰੀਰ ਛੱਡ ਗਏ ਸਨ। ਸੋ ਇਸ ਵੇਲੇ ਬਾਬਾ ਸੂਰਜ ਰਾਏ, ਸੂਰਜਮੱਲ, ਬਾਬਾ ਅਨੀ ਰਾਏ ਅਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ। ਬਾਬਾ ਅਨੀ ਰਾਏ ਜੀ ਥੋੜ੍ਹਾ ਮਸਤਾਨਾ ਸੁਭਾਅ ਰੱਖਦੇ ਅਤੇ ਬਾਬਾ ਸੂਰਜਮੱਲ ਦਾ ਇਸ ਵੇਲੇ ਹੱਕ ਬਣਦਾ ਹੈ ਗੁਰਿਆਈ ਗੱਦੀ 'ਤੇ ਬੈਠਣ ਦਾ। ਮਾਤਾ ਮਰਵਾਹੀ ਜੀ ਨਾਲ ਲੈ ਕੇ ਚੱਲ ਪਏ। ਸਤਿਗੁਰਾਂ ਨੇ ਬੁਲਾ ਕੇ ਬਾਬਾ ਸੂਰਜਮੱਲ ਨੂੰ ਪੁੱਛਿਆ, ਕਹਿਣ ਲੱਗੇ ਸੂਰਜਮੱਲ ਇਹ ਦੱਸ ਕਿ ਤੇਰੀ ਇਹ ਮਨ ਦੀ ਵਿਚਾਰ ਹੈ ਗੁਰਤਾ ਗੱਦੀ ਦੇ ਉੱਪਰ ਬੈਠਣ ਦੀ, ਦੱਸ ਕੀ ਚਾਹੀਦਾ ਹੈ। ਉਸ ਵੇਲੇ ਬਾਬਾ ਸੂਰਜਮੱਲ ਨੇ ਹੱਥ ਜੋੜ ਕੇ ਆਖਿਆ ਸੀ, ਪਿਤਾ ਸਤਿਗੁਰੂ ਮੈਨੂੰ ਤਾਂ ਤੁਹਾਡੇ ਘਰ ਦੀ ਸਿੱਖੀ ਚਾਹੀਦੀ ਹੈ, ਇਹਦੇ ਤੋਂ ਬਿਨਾਂ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸਤਿਗੁਰੂ ਪਾਤਸ਼ਾਹ ਬੜੇ ਖੁਸ਼ ਹੋ ਕੇ ਉਸ ਵੇਲੇ ਬਖਸ਼ਿਸ਼ਾਂ ਸੂਰਜਮੱਲ 'ਤੇ ਕੀਤੀਆਂ। ਫਿਰ ਮਾਤਾ ਨਾਨਕੀ ਜੀ ਨੇ ਆਖਿਆ, ਮੇਰੇ ਪੁੱਤਰ ਵਾਸਤੇ ਮਹਾਰਾਜ ਆਪ ਜੀ ਨੇ ਕੀ ਰੱਖਿਆ ਹੈ, ਗੁਰਿਆਈ ਤਾਂ ਆਪ ਨੇ ਪੋਤਰੇ ਨੂੰ ਬਖਸ਼ਿਸ਼ ਕਰ ਦਿੱਤੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਸਮਾਂ ਆਵੇਗਾ ਇਹ ਘੁੰਮ ਫਿਰ ਕੇ ਗੁਰਤਾ ਗੱਦੀ ਤੁਹਾਡੇ ਘਰ ਵਿੱਚ ਆ ਜਾਏਗੀ। ਜਦੋਂ ਇਹ ਬਚਨ ਆਖਿਆ, ਮਾਤਾ ਨਾਨਕੀ ਜੀ ਥੋੜ੍ਹੇ ਕਾਹਲੇ ਪੈ ਗਏ, ਬਾਅਦ ਵਿੱਚ ਕਿੰਨੇ ਵੇਖਿਆ ਹੈ, ਕੀ ਪਤਾ ਗੁਰਤਾ ਗੱਦੀ ਕਦੋਂ ਆਵੇਗੀ। ਜਦੋਂ ਇਹ ਬਚਨ ਆਖਿਆ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਸਾਹਿਬ ਜੀ ਪ੍ਰਸ਼ਾਦਾ ਛੱਕ ਕੇ ਹੱਥ ਸੁੱਚੇ ਕਰਕੇ ਰੁਮਾਲ ਦੇ ਨਾਲ ਆਪਣੇ ਹੱਥ ਸਾਫ਼ ਕਰਦੇ ਪਏ। ਜਦੋਂ ਮਾਤਾ ਜੀ ਨੇ ਬਚਨ ਆਖਿਆ, ਸਤਿਗੁਰਾਂ ਨੇ ਉਹੀ ਰੁਮਾਲ ਜਿਹੜਾ ਸੀ ਉਹ ਮਾਤਾ ਨਾਨਕੀ ਦੀ ਝੋਲੀ ਵਿੱਚ ਪਾ ਕੇ ਆਖਿਆ, ਕਹਿਣ ਲੱਗੇ ਲਓ ਗੁਰਤਾ ਗੱਦੀ ਹੁਣ ਆਪਣੇ ਆਪ ਹੀ ਤੁਹਾਡੇ ਘਰ ਆ ਜਾਏਗੀ। ਇਹ ਬਚਨ ਕਰਕੇ ਫਿਰ ਆਪ ਜੀ ਨੇ ਬਚਨ ਆਖਿਆ, ਜਾਓ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਚਲੇ ਜਾਓ, ਉਹ ਨਾਨਕਾ ਪਿੰਡ ਹੈ ਮਹਾਰਾਜ ਸਾਹਿਬ ਜੀਆਂ ਦੇ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ। ਇੱਥੇ ਰਹਿ ਕੇ ਫਿਰ ਆਪ ਜੀ ਨੇ 26 ਸਾਲ ਭੂਰੇ ਵਿੱਚ ਬੈਠ ਕੇ ਬੜਾ ਭਾਰੀ ਤਪ ਕੀਤਾ, ਬੰਦਗੀ ਕੀਤੀ ਹੈ, ਨਾਮ ਜਪਿਆ। ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਿੱਲੀ ਦੀ ਧਰਤੀ 'ਤੇ ਗਏ। ਜਿਸ ਵੇਲੇ ਸਰੀਰ ਛੱਡਣ ਲੱਗੇ, ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਸੱਚਖੰਡ ਨੂੰ ਚੱਲੇ ਹੋ,
ਅਤੇ ਗੁਰਤਾ ਗੱਦੀ 'ਤੇ ਇਸ ਵੇਲੇ ਕਿਸ ਗੁਰੂ ਪਾਤਸ਼ਾਹ ਨੂੰ ਆਪ ਸੁਭਾਇਮਾਨ ਕਰਦੇ ਹੋ? ਇਹ ਬਚਨ ਸੁਣ ਕੇ ਮਹਾਰਾਜ ਨੇ 5 ਪੈਸੇ ਨਾਰੀਅਲ ਮੰਗਾ ਕੇ ਸੁਨਹਿਰੀ ਥਾਲ ਦੇ ਵਿੱਚ ਮਹਾਰਾਜ ਨੇ ਸਾਰੀਆਂ ਵਸਤੂਆਂ ਰੱਖ ਕੇ ਆਪਣੇ ਹੱਥ ਵਿੱਚ ਉਹ ਥਾਲ ਫੜ ਕੇ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਉਸ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਧਿਆਨ ਧਰ ਕੇ 5 ਪਰਿਕਰਮਾ ਕਰਕੇ ਮੱਥਾ ਟੇਕਿਆ, ਨਾਲ ਹੀ ਬਚਨ ਆਖਿਆ। ਕਹਿਣ ਲੱਗੇ ਗੁਰੂ ਕੀ ਸੰਗਤ, ਬਾਬਾ ਬਸੇ ਗ੍ਰਾਮ ਬਕਾਲੇ, ਪਨ ਗੁਰ ਸੰਗਤ ਆਪ ਸੰਭਾਲੇ। ਇਹ ਬਚਨ ਉਸ ਵੇਲੇ ਆਖੇ। ਇਹ ਬਾਬਾ ਗੁਰਦਿੱਤਾ ਜੀ ਬਾਬਾ ਬੁੱਢਾ ਸਾਹਿਬ ਦੀ 5ਵੀਂ ਪੀੜ੍ਹੀ ਵਿੱਚੋਂ ਹੋਏ, ਜੋ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਲ ਹੀ ਗਏ ਸਨ ਜਦੋਂ ਮਹਾਰਾਜ ਨੇ ਸ਼ਹੀਦੀ ਦਿੱਤੀ ਨਾ ਚਾਂਦਨੀ ਚੌਂਕ ਦੇ ਵਿੱਚ, ਉਸ ਵੇਲੇ ਨਾਲ ਹੀ ਇਹ ਮਹਾਰਾਜ ਸਾਹਿਬ ਜੀਆਂ ਦੇ ਗਏ ਸਨ। ਫਿਰ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਦਾਤਾਂ ਸਾਡੀਆਂ ਲੈ ਜਾਓ ਬਾਬਾ ਬਕਾਲਾ ਸਾਹਿਬ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਗੁਰਿਆਈ ਜਾ ਕੇ ਭੇਟ ਕਰ ਦਿਓ, ਬਚਨ ਗੁਪਤ ਰੱਖਿਓ, ਸੰਗਤ ਨੂੰ ਬਹੁਤਾ ਪਤਾ ਨਾ ਲੱਗਿਆ। ਇਸ ਤਰ੍ਹਾਂ ਭਾਈ ਗੁਰਦਿੱਤਾ ਜੀ ਉਹ ਗੁਰਿਆਈ ਲੈ ਕੇ ਬਾਬਾ ਬਕਾਲਾ ਸਾਹਿਬ ਆ ਕੇ ਮੱਥਾ ਟੇਕਿਆ। ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੀ ਆਖਿਆ, ਕਹਿਣ ਲੱਗੇ ਭਾਈ ਗੁਰਦਿੱਤਾ ਜੀ ਇਸ ਬਚਨ ਨੂੰ ਗੁਪਤ ਹੀ ਰਹਿਣ ਦਿਓ, ਪ੍ਰਗਟ ਨਹੀਂ ਕਰਨਾ, ਸੇਵਾ ਸਾਡੇ ਕੋਲ ਆ ਗਈ ਹੈ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਉਹ ਸੇਵਾ ਪ੍ਰਵਾਨ ਕਰ ਲਈ। ਇੱਧਰ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਪਖੰਡੀ ਗੁਰੂ ਮੰਜੇ ਡਾਹ ਕੇ ਬਹਿ ਗਏ ਕਿ ਅਸੀਂ ਗੁਰੂ ਹਾਂ, ਅਸੀਂ ਗੁਰੂ ਹਾਂ। ਸਾਰਿਆਂ ਨੇ ਆਪਣਾ ਆਪਣਾ ਦਾਅਵਾ ਕੀਤਾ। ਇੱਧਰੋਂ ਗੁਰਮੁਖੋਂ ਮੱਖਣ ਸ਼ਾਹ ਲੁਬਾਣਾ ਸਾਗਰ ਸਮੁੰਦਰ ਦੇ ਵਿੱਚ ਕਿਸੇ ਬਰੇਤੀ ਦੇ ਵਿੱਚ ਜਹਾਜ਼ ਫਸ ਗਿਆ, ਤੁਰਦਾ ਨਹੀਂ ਹੈ, ਉਸ ਵੇਲੇ ਪ੍ਰਾਰਥਨਾ ਕੀਤੀ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰੋ, ਮੇਰੇ ਇਸ ਜਹਾਜ਼ ਨੂੰ ਆਪ ਬੰਨੇ ਲਾ ਦਿਓ, ਮੈਂ 500 ਮੋਹਰ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਮੋਢਾ ਲਾ ਕੇ ਇਸ ਦੇ ਜਹਾਜ਼ ਨੂੰ ਉਸ ਵੇਲੇ ਮਹਾਰਾਜ ਦੀਆਂ ਨੇ ਜਿਹੜਾ ਹੈ ਆਪਣੇ ਮੋਢੇ ਦੇ ਨਾਲ ਮਹਾਰਾਜ ਨੇ ਨਿਵਾਜਿਆ। ਮੱਖਣ ਸ਼ਾਹ ਲਵਾਣਾ ਸ਼ੁਕਰਾਨਾ ਕਰਨ ਵਾਸਤੇ ਸਮੇਤ ਪਰਿਵਾਰ ਦੇ ਸੂਰਮਿਆਂ ਨੂੰ ਨਾਲ ਲੈ ਕੇ 500 ਮੋਹਰ ਲੈ ਕੇ ਪੁੱਛਦਾ ਪੁਛਾਉਂਦਾ ਬਾਬਾ ਬਕਾਲਾ ਸਾਹਿਬ ਆ ਕੇ ਪਹੁੰਚਿਆ। ਇੱਥੇ ਜਦੋਂ ਵੇਖਿਆ ਵੀ ਇੱਥੇ ਤਾਂ 22 ਗੁਰੂ ਬਣ ਕੇ ਬੈਠੇ ਹੋਏ ਪਖੰਡ ਕਰਦੇ ਪਏ। ਗੁਰਮੁਖੋ ਇਤਿਹਾਸ ਆਪ ਸੰਗਤਾਂ ਨੇ ਕਈ ਵਾਰੀ ਸਰਵਣ ਕੀਤਾ ਹੈ, ਇੱਕ ਦੋ ਮੋਹਰਾਂ ਰੱਖ ਕੇ ਉਹਨਾਂ ਗੁਰੂਆਂ ਦੀ ਪਰਖ ਕੀਤੀ ਹੈ, ਕਿਸੇ ਨੇ ਵੀ ਮਨ ਦੀ ਗੱਲ ਨੂੰ ਨਹੀਂ ਦੱਸਿਆ। ਫਿਰ ਕਿਸੇ ਸਿੱਖ ਦੇ ਕਹਿਣ 'ਤੇ ਪਤਾ ਲੱਗਾ ਵੀ ਗੁਰੂ ਪਾਤਸ਼ਾਹ ਇੱਕ ਰੂਪ ਉਹਨਾਂ ਦਾ ਭੋਰੇ ਵਿੱਚ ਬੈਠਾ ਹੋਇਆ। ਉਸ ਵੇਲੇ ਮੱਖਣ ਸ਼ਾਹ ਨੇ ਫਿਰ 1-2 ਮੋਹਰਾਂ ਰੱਖ ਕੇ ਨਮਸਕਾਰ ਕੀਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮੱਖਣ ਸ਼ਾਹ ਜੀ ਗੁਰੂ ਘਰ ਨੂੰ ਮਾਇਆ ਦੀ ਲੋੜ ਨਹੀਂ ਹੈ, ਇੱਥੇ ਤਾਂ ਬੇਅੰਤ ਭੰਡਾਰੇ ਭਰੇ ਪਏ ਨੇ, ਪਰ ਸਿੱਖ ਨੂੰ ਬਚਨ ਨਹੀਂ ਹਾਰਨਾ ਚਾਹੀਦਾ। ਆਪਨੇ 500 ਮੋਹਰ ਦਾ ਬਚਨ ਕਰਕੇ 2 ਮੋਹਰਾਂ ਲਿਆ ਕੇ ਭੇਟ ਕੀਤੀਆਂ। ਇਹ ਬਚਨ ਸੁਣਦਿਆਂ ਸਾਰੀ ਚਰਨਾਂ 'ਤੇ ਢਹਿ ਪਿਆ, ਪਾਤਸ਼ਾਹ ਮੈਂ ਤਾਂ ਬੜੇ ਚਿਰ ਤੋਂ ਆਪ ਜੀ ਨੂੰ ਲੱਭਦਾ ਪਿਆ, ਬਾਹਰ 'ਤੇ ਵੇਖੋ ਪਖੰਡੀ ਗੁਰੂਆਂ ਦੀ ਭਰਮਾਰ ਲੱਗੀ ਪਈ ਹੈ। ਇਹ ਬਚਨ ਸੁਣ ਕੇ ਪਾਤਸ਼ਾਹ ਆਪ ਪ੍ਰਗਟ ਹੋਵੋ। ਮਹਾਰਾਜ ਕਹਿੰਦੇ, ਨਹੀਂ ਮੱਖਣ ਸ਼ਾਹ, ਇੱਥੇ ਬੜਾ ਆਨੰਦ ਬਣਿਆ ਹੋਇਆ, ਸਿਮਰਨ ਵਿੱਚ ਜੁਟੇ ਹੋਏ ਹਾਂ, ਬਾਹਰ ਸੰਸਾਰ ਵਿੱਚ ਕੀ ਕਰਨਾ ਹੈ। ਨਹੀਂ ਮਹਾਰਾਜ, ਸੰਗਤਾਂ ਬੜੀਆਂ ਵਿਆਕੁਲ ਨੇ। ਪਾਤਸ਼ਾਹ ਕਹਿੰਦੇ, ਬਚਨ ਗੁਪਤ ਹੀ ਰਹਿਣ ਦਿਓ ਮੱਖਣ ਸ਼ਾਹ ਜੀ, ਜੇ ਤੁਸੀਂ ਬਚਨ ਪ੍ਰਗਟ ਕਰੋਗੇ ਤੁਹਾਡੇ ਮੂੰਹ ਨੂੰ ਅਸੀਂ ਕਾਲਾ ਕਰਾਂਗੇ, ਇਹ ਤੁਹਾਨੂੰ ਸਜ਼ਾ ਦੇਵਾਂਗੇ। ਮੱਖਣ ਸ਼ਾਹ ਜੀ ਬਾਹਰ ਆ ਗਏ, ਮਾਤਾ ਨਾਨਕੀ ਜੀ ਦੇ ਨਾਲ ਸਲਾਹ ਕੀਤੀ, ਮਾਤਾ ਜੀ ਸੰਗਤਾਂ ਨੂੰ ਪਖੰਡੀ ਲੋਕ ਲੁੱਟਦੇ ਪਏ ਨੇ, ਸਤਿਗੁਰੂ ਕਹਿੰਦੇ ਅਸੀਂ ਪ੍ਰਗਟ ਨਹੀਂ ਹੋਣਾ ਚਾਹੁੰਦੇ, ਸਾਡਾ ਮਨ ਕਰਦਾ ਪ੍ਰਗਟ ਕਰੀਏ, ਆਪ ਜੀ ਸਾਨੂੰ ਆਦੇਸ਼ ਦੇਵੋ, ਹੁਕਮ ਦੇਵੋ। ਮਾਤਾ ਜੀ ਦਾ ਹੁਕਮ ਲੈ ਕੇ ਆਪ ਹੀ ਮੱਖਣ ਸ਼ਾਹ ਜੀ ਲੰਗਰ ਵਿੱਚ ਪਹੁੰਚ ਗਏ। ਲੰਗਰ ਦੇ ਕਾਲੇ ਭਾਂਡਿਆਂ ਦੀ ਕਲਖ ਆਪਣੇ ਹੱਥ ਨਾਲ ਮਲ ਕੇ ਆਪਣੇ ਮੂੰਹ ਦੇ ਉੱਪਰ ਹੱਥ ਫੇਰ ਕੇ ਕੋਠੇ 'ਤੇ ਚੜ੍ਹ ਗਏ, ਪੱਲਾ ਫੇਰ ਕੇ ਆਖਿਆ, ਗੁਰ ਲਾਧੋ ਰੇ, ਗੁਰ ਲਾਧੋ ਰੇ। ਐਸਾ ਉਸ ਵੇਲੇ ਢੰਡੋਰਾ ਲਾ ਕੇ ਸੰਗਤ ਨੂੰ ਦੱਸਿਆ, ਗੁਰੂ ਪਾਤਸ਼ਾਹ ਇੱਥੇ ਨੇ, ਪ੍ਰਗਟ ਕੀਤਾ। ਮਹਾਰਾਜ ਦੇ ਪ੍ਰਗਟ ਹੋਣ ਤੋਂ ਬਾਅਦ ਵਿੱਚ
ਧੀਰਮਲ ਮਹਾਰਾਜ ਦਾ ਸਾਰਾ ਸਮਾਨ ਇੱਥੋਂ ਤੱਕ ਕਿ ਲੰਗਰ ਵਾਲੇ ਭਾਂਡੇ ਵੀ ਚੁੱਕ ਕੇ ਆਪਣੇ ਘਰ ਵਿੱਚ ਲੈ ਗਿਆ। ਬਦਮਾਸ਼ੀ ਵਿਖਾਈ ਹੈ, ਜ਼ੋਰ ਵਿਖਾਇਆ ਹੈ। ਮੱਖਣ ਸ਼ਾਹ ਜੀ ਨੂੰ ਪਤਾ ਲੱਗਾ, ਸਾਰੀਆਂ ਵਸਤੂਆਂ ਵਾਪਸ ਲਿਆਂਦੀਆਂ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ ਮੱਖਣ ਸ਼ਾਹ, ਧੀਰਮਲ ਵਿੱਚ ਵੀ ਸਾਡੇ ਵਿੱਚ ਕੀ ਫਰਕ ਹੋਇਆ, ਸਭ ਕੁਝ ਵਾਪਸ ਮੋੜ ਕੇ ਆਓ। ਬਾਕੀ ਤਾਂ ਸਭ ਕੁਝ ਵਾਪਸ ਮੋੜਿਆ ਗਿਆ, ਪਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਧੀਰਮਲ ਨੇ ਆਪਣੇ ਘਰ ਰੱਖਿਆ ਸੀ ਉਹ ਨਹੀਂ ਮੋੜਿਆ। ਇਹ ਗੁਰੂ ਪਾਤਸ਼ਾਹ ਦੀ ਬਾਣੀ ਗੁਰੂ ਪਾਤਸ਼ਾਹ ਕੋਲ ਹੀ ਰਹੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਤੋਂ ਚੱਲ ਕੇ ਫਿਰ ਅੰਮ੍ਰਿਤਸਰ ਦੀ ਧਰਤੀ 'ਤੇ ਗਏ ਨਮਸਕਾਰ ਕਰਨ ਵਾਸਤੇ। ਮੱਖਣ ਸ਼ਾਹ ਨੇ ਆਖਿਆ, ਮਹਾਰਾਜ ਮੈਂ ਅੰਮ੍ਰਿਤਸਰ ਦੇ ਦਰਸ਼ਨ ਕਰਨੇ ਚਾਹੁੰਦਾ ਹਾਂ। ਪਾਤਸ਼ਾਹ ਕਹਿੰਦੇ, ਚੱਲ ਫਿਰ ਅਸੀਂ ਵੀ ਤੇਰੇ ਨਾਲ ਚੱਲਦੇ। ਜਦੋਂ ਮਹਾਰਾਜ ਸਾਹਿਬ ਜੀ ਅੰਮ੍ਰਿਤਸਰ ਪਹੁੰਚੇ, ਗੁਰਮੁਖੋਂ ਮਸੰਦਾਂ ਨੇ ਦਰਵਾਜ਼ੇ ਬੰਦ ਕਰ ਲਏ, ਸ੍ਰੀ ਹਰਿਮੰਦਰ ਸਾਹਿਬ ਦੀ ਡਿਊਟੀ ਦਾ ਦਰਵਾਜ਼ਾ ਹੀ ਬੰਦ ਕਰ ਲਿਆ, ਕਿਤੇ ਮਹਾਰਾਜ ਅੰਦਰ ਬੈਠ ਹੀ ਨਾ ਜਾਣ ਇੱਥੇ ਆ ਕੇ। ਇਹ ਸਾਨੂੰ ਜਿਹੜੀ ਪੂਜਾ ਧਾਨ ਮਿਲਦਾ ਪਿਆ, ਕਿਤੇ ਸਾਡਾ ਇਹ ਖਤਮ ਨਾ ਹੋ ਜਾਵੇ। ਸਤਿਗੁਰੂ ਪਾਤਸ਼ਾਹ ਗੁਰਮੁਖੋਂ ਜਿੱਥੇ ਅੱਜ ਗੁਰਦੁਆਰਾ ਥੜਾ ਸਾਹਿਬ ਬਣਿਆ, ਇੱਥੇ ਹੀ ਆਪ ਮਹਾਰਾਜ ਸਾਹਿਬ ਜੀ ਬੈਠ ਗਏ। ਬਚਨ ਆਖਿਆ, ਨਹਿਮ ਸੰਦ ਤੁਮ ਅੰਦ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨ ਤੇ ਅੰਦਰ ਸੜੀਏ। ਤੁਸੀਂ ਤਾਂ ਤ੍ਰਿਸ਼ਨਾ ਦੀ ਅੱਗ ਨਾਲ ਸੜੇ ਪਏ ਹੋ ਮਸੰਦੋ, ਆਪਣੇ ਆਪ ਨੂੰ ਅੰਮ੍ਰਿਤਸਰੀਏ ਨਾ ਕਿਹੋ, ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜੇ ਹੋਏ ਆਪਣੇ ਆਪ ਨੂੰ ਕਹਿਣਾ ਕਰੋ। ਇਹ ਬਚਨ ਕਰਕੇ ਮਹਾਰਾਜ ਆ ਗਏ। ਸੰਗਤਾਂ ਨੂੰ ਪਤਾ ਲੱਗਾ ਮਹਾਰਾਜ ਸਾਡੇ ਨਗਰ ਤੋਂ ਨਾਰਾਜ਼ ਹੋ ਕੇ ਚਲੇ ਗਏ। ਉਸ ਵੇਲੇ ਬੀਬੀਆਂ ਮਾਈਆਂ ਨੇ ਪ੍ਰਸ਼ਾਦਾ ਤਿਆਰ ਕੀਤਾ, ਕਿਸੇ ਨੇ ਬਸਤਰ ਹੱਥ ਵਿੱਚ ਲੈ ਭੇਟ ਕਰਨ ਵਾਸਤੇ। ਗੁਰਮੁਖੋਂ ਵੱਲੇ ਆ ਕੇ ਮਹਾਰਾਜ ਬੈਠੇ ਸਨ, ਗੁਰੂ ਘਰ ਬਣਿਆ ਹੋਇਆ। ਇੱਥੇ ਆ ਕੇ ਪ੍ਰਸ਼ਾਦਾ ਭੇਟ ਕਰਕੇ, ਬਸਤਰ ਭੇਟ ਕਰਕੇ ਮਾਫ਼ੀ ਮੰਗੀ, ਮਹਾਰਾਜ ਗਲਤੀ ਮਸੰਦਾਂ ਦੀ ਹੈ, ਆਪ ਜੀ ਸਾਰੇ ਨਗਰ ਨੂੰ ਨਾ ਸ਼ਰਾਫ ਦੇਵੋ ਕਿਰਪਾ ਕਰਕੇ। ਅਤੇ ਮਹਾਰਾਜ ਸਾਹਿਬ ਜੀ ਨੇ ਆਖਿਆ ਸੀ ਕਿ ਮਾਈਆਂ ਰੱਬ ਰਜਾਈਆਂ, ਇਹ ਬਚਨ ਕਹਿ ਕੇ ਫਿਰ ਆਪਣੇ ਪਹਿਲੇ ਬਚਨ ਜਿਹੜੇ ਸਨ ਪਾਤਸ਼ਾਹ ਨੇ ਉਹ ਵਾਪਸ ਲਏ। ਅੱਜ ਵੀ ਉੱਥੇ ਗੁਰਮੁਖੋਂ ਸੰਗਤਾਂ ਮੇਲਾ ਲਵਾਉਂਦੀਆਂ ਮਹਾਰਾਜ ਦੀ ਯਾਦ ਵਿੱਚ। ਇੱਥੋਂ ਚੱਲ ਕੇ ਫਿਰ ਮਹਾਰਾਜ ਦੁਬਾਰਾ ਫਿਰ ਬਾਬਾ ਬਕਾਲਾ ਸਾਹਿਬ ਆਏ। ਬਹੁਤੀ ਈਰਖਾ ਹੁੰਦੀ ਵੇਖ ਕੇ ਕਹਿੰਦੇ, ਚਲੋ ਬਾਬੇ ਬਕਾਲੇ ਕੀ ਕਰਨਾ ਹੈ। ਸਤਿਗੁਰੂ ਚੱਲਦਿਆਂ ਚੱਲਦਿਆਂ ਬਿਆਸ ਦਰਿਆ 'ਤੇ ਪਹੁੰਚੇ। ਉਹ ਜਿਹੜਾ ਸਰੂਪ ਸੀਗਾ ਧੀਰਮਲ ਦਾ, ਉਹ ਵੀ ਸਿੱਖ ਸਿਰ 'ਤੇ ਚੁੱਕ ਕੇ ਲੈ ਆਏ। ਮਹਾਰਾਜ ਕਹਿੰਦੇ, ਭਾਈ ਇਹ ਕੀ ਹੈ? ਕਹਿੰਦੇ, ਪਾਤਸ਼ਾਹ ਜੀ ਇਹ ਸਰੂਪ ਹੈ। ਮਹਾਰਾਜ ਕਹਿੰਦੇ, ਅਸੀਂ ਤੁਹਾਨੂੰ ਕਿਹਾ ਸੀ ਨਾ ਵੀ ਧੀਰਮਲ ਨੂੰ ਦੇ ਦਿਓ, ਤੁਸੀਂ ਦੇ ਕੇ ਕਿਉਂ ਨਹੀਂ ਆਏ? ਕਹਿੰਦੇ ਜੀ, ਮਾਤਾ ਨਾਨਕੀ ਜੀ ਦਾ ਹੁਕਮ ਸੀਗਾ ਵੀ ਆਪਣੇ ਕੋਲ ਰੱਖਣਾ ਚਾਹੀਦਾ। ਕਹਿੰਦੇ, ਨਹੀਂ ਭਾਈ, ਉਹਦੀ ਵਸਤੂ ਉਹਨੂੰ ਦੇ ਦਿਓ, ਆਪਾਂ ਨੂੰ ਨਹੀਂ ਚਾਹੀਦੀ ਹੈ। ਮਹਾਰਾਜ ਧੀਰਮਲ ਤਾਂ ਹੁਣ ਇੱਥੋਂ ਚਲਾ ਗਿਆ ਹੈ। ਪਾਤਸ਼ਾਹ ਕਹਿੰਦੇ, ਕੋਈ ਨਹੀਂ, ਬਿਆਸ ਦਰਿਆ ਦੇ ਵਿੱਚ ਰੱਖ ਦਿਓ ਮਹਾਰਾਜ ਦਾ ਪੀੜਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਪੀੜੇ ਦੇ ਉੱਪਰ ਬਿਰਾਜਮਾਨ, ਬਿਆਸ ਦਰਿਆ ਦੇ ਵਿੱਚ ਪੀੜਾ ਉਹ ਉਸੇ ਤਰ੍ਹਾਂ ਪਾਣੀ ਵਿੱਚ ਹੀ ਰੱਖ ਦਿੱਤਾ। ਕੋਈ ਰਾਹੀ ਲੰਘਦਾ ਪਿਆ, ਉਹਨੂੰ ਮਹਾਰਾਜ ਨੇ ਆਖਿਆ, ਜਾ ਕੇ ਕਰਤਾਰਪੁਰ ਧੀਰਮਲ ਨੂੰ ਸੁਨੇਹਾ ਦੇ ਦੇ ਕਿ ਅਸੀਂ ਤੇਰਾ ਸਰੂਪ ਬਿਆਸ ਦਰਿਆ ਵਿੱਚ ਰੱਖ ਕੇ ਚੱਲੇ ਹਾਂ, ਇਹਨੂੰ ਇੱਥੋਂ ਆ ਕੇ ਕੱਢ ਕੇ ਅਤੇ ਲੈ ਜਾ। ਆਪ ਤਾਂ ਮਹਾਰਾਜ ਚਲੇ ਗਏ। ਧੀਰਮਲ ਛੇਤੀ ਨਾਲ ਗੋਤਾਖੋਰ ਲੈ ਕੇ ਆਇਆ, 3 ਦਿਨ ਟੁੱਬੀਆਂ ਮਾਰਦਾ ਰਿਹਾ ਪਾਣੀ ਵਿੱਚ ਆ ਕੇ, ਪਰ ਉਸਨੂੰ ਮਹਾਰਾਜ ਦਾ ਸਰੂਪ ਪਾਣੀ ਵਿੱਚੋਂ ਮਿਲਿਆ ਨਹੀਂ। ਕਿਸੇ ਸਿਆਣੇ ਸਿੱਖ ਨੇ ਆਖਿਆ, ਉਹ ਧੀਰਮਲ ਅਰਦਾਸ ਕਰ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ, ਉਸ ਤਰ੍ਹਾਂ ਇਹ ਕਾਰਜ ਨਹੀਂ ਸਫਲਾ ਹੋਵੇਗਾ। ਅਰਦਾਸ ਕੀਤੀ ਹੈ, ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਮਹਾਰਾਜ ਦਾ ਨਾਂ ਲੈ ਕੇ ਅਰਦਾਸ ਕਰਦਾ, ਕਾਰਜ ਸਫਲਾ ਨਹੀਂ ਹੁੰਦਾ ਪਿਆ। ਫਿਰ ਸਿਆਣੇ ਸਿੱਖਾਂ ਨੇ ਆਖਿਆ, ਧੀਰਮਲ ਕਹਿਣਾ ਪਵੇਗਾ, ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਲੈ, ਨਾਲ ਇਹ ਬਚਨ ਕਹਿ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਕਿਰਪਾ ਕਰੋ, ਤੈਨੂੰ ਕਾਰਜ ਵਿੱਚ ਸਫਲਤਾ ਹੀ ਤਾਂ ਮਿਲਣੀ ਹੈ। ਤੇਗ ਬਹਾਦਰ ਸਿਮਰਿਆ ਹੈ, ਨੌ ਨਿਧਿ ਆਵੈ ਧਾਏ ਸਭ ਥਾਈ ਹੋਏ ਸਹਾਇ, ਇਸ ਤਰ੍ਹਾਂ ਤਰਲਾ ਕਰ। ਫਿਰ ਖੁਦ ਧੀਰਮਲ ਨੇ ਗਲ ਵਿੱਚ ਪੱਲਾ ਪਾ ਕੇ
ਬਿਆਸ ਦਰਿਆ ਦੇ ਕਿਨਾਰੇ ਖਲੋ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਾਮ ਲੈ ਕੇ, ਜਦੋਂ ਗੁਰੂ ਸ਼ਬਦ ਦੇ ਨਾਲ ਨਾਮ ਲਿਆ ਨਾ, ਕਿੱਥੇ ਤਾਂ ਆਪ ਗੁਰੂ ਕਹਿੰਦਾ ਸੀ ਵੀ ਮੈਂ ਗੁਰੂ ਹਾਂ ਨੌਵਾਂ, ਅੱਜ ਮੂੰਹੋਂ ਕਹਿਣਾ ਪਿਆ ਵੀ ਨੌਵੇਂ ਗੁਰੂ ਮੈਂ ਨਹੀਂ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਇਹ ਬਚਨ ਕੀਤਾ ਤਾਂ ਗੋਤਾਖੋਰ ਨੇ ਗੁਰਮੁਖੋ ਟੁੱਬੀ ਮਾਰੀ ਨਾ ਪਾਣੀ ਵਿੱਚ। ਭਾਈ ਸੰਤੋਖ ਸਿੰਘ ਨੇ ਬਚਨ ਲਿਖਿਆ ਟੁੱਬੀ ਮਾਰਦਿਆਂ ਨਾਲ ਸਿੱਧਾ ਹੀ ਜਾ ਕੇ ਹੱਥ ਮਹਾਰਾਜ ਦੇ ਪੀੜੇ ਨੂੰ ਪੈ ਗਿਆ। ਪੀੜੇ ਨੂੰ ਖਿੱਚ ਕੇ ਜਿਸ ਵੇਲੇ ਪਾਣੀ ਤੋਂ ਬਾਹਰ ਲਿਆਂਦਾ, ਰੁਮਾਲੇ ਉਤਾਰੇ ਗਏ, ਰੁਮਾਲਿਆਂ ਨੂੰ ਤਾਂ ਪਾਣੀ ਲੱਗਿਆ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ, ਮਹਾਰਾਜ ਦੇ ਅੰਗਾਂ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਲੱਗੀ। ਇਸ ਤਰ੍ਹਾਂ ਧੀਰ ਮੱਲ ਮਹਾਰਾਜ ਦੀ ਮਹਿਮਾ ਨੂੰ ਜਾਣ ਕੇ ਸਰੂਪ ਆਪਣੇ ਨਾਲ ਲੈ ਗਿਆ। ਸਤਿਗੁਰੂ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਪਹੁੰਚੇ, ਮਾਤਾ ਕ੍ਰਿਸ਼ਨ ਕੌਰ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਜੀ, ਉਹ ਫਿਰ ਸੱਚਖੰਡ ਉਸ ਵੇਲੇ ਚਲੇ ਗਿਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਗਏ। ਆਪਨੇ ਹੱਥੀਂ ਸੰਸਕਾਰ ਕਰਵਾਇਆ ਉਸ ਵੇਲੇ ਮਾਤਾ ਜੀ ਦਾ, ਅਤੇ ਫਿਰ ਗੁਰਮੁਖੋ ਜਿਸ ਨੂੰ ਅੱਜ ਆਪਾਂ ਅਨੰਦਪੁਰ ਸਾਹਿਬ ਆਖਦੇ ਹਾਂ, 1,57,000 ਰੁਪਈਆ ਮਹਾਰਾਜ ਸਾਹਿਬ ਜੀ ਨੇ ਦੇ ਕੇ ਇਹ 5-5 ਮੀਲ ਦੀ 4 ਛਪੇਰੇ ਦੀ ਧਰਤੀ ਖਰੀਦੀ ਮਹਾਰਾਜ ਨੇ। ਇੱਥੇ ਮਾਖੋ ਨਾਮ ਦਾ ਇੱਕ ਦੈਂਤ ਰਹਿੰਦਾ ਹੈ, ਪਾਤਸ਼ਾਹ ਨੂੰ ਡਰਾਉਣ ਵਾਸਤੇ ਮਹਾਰਾਜ ਦੇ ਕੋਲ ਆ ਗਿਆ। ਜਦੋਂ ਮਹਾਰਾਜ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕੀਤੇ ਤਾਂ ਡਰ ਗਿਆ ਉਸੇ ਵੇਲੇ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਭਾਈ ਇੱਥੇ ਅਸੀਂ ਨਗਰ ਵਸਾਵਾਂਗੇ, ਆਉਣ ਵਾਲੇ ਸਮੇਂ ਵਿੱਚ ਇੱਥੇ ਮਹਾਂਪੁਰਖ ਨੇ ਆ ਕੇ ਖਾਲਸੇ ਪੰਥ ਨੂੰ ਸਜਣਾ ਹੈ, ਤੂੰ ਇੱਥੋਂ ਚਲੇ ਜਾਏ ਸਾਡਾ ਬਚਨ ਮੰਨ। ਮਹਾਰਾਜ ਸਾਹਿਬ ਜੀ, ਮੇਰਾ ਤਾਂ ਨਾ ਹੀ ਦੁਨੀਆ ਤੋਂ ਮਿਟ ਜਾਏਗਾ। ਪਾਤਸ਼ਾਹ ਕਹਿੰਦੇ ਇਹਦਾ ਨਾਮ ਅਸੀਂ ਅਨੰਦਪੁਰ ਸਾਹਿਬ ਰੱਖਾਂਗੇ, ਪਰ ਕੁਝ ਮਨਮੁੱਖ ਤੇਰਾ ਵੀ ਨਾਮ ਲੈ ਦਿਆ ਕਰਨਗੇ, ਕਦੇ ਕਦੇ ਮਾਖੋਵਾਲ ਵੀ ਕਹਿ ਛੱਡਿਆ ਕਰਨਗੇ, ਪਰ ਅਸੀਂ ਇਸ ਨੂੰ ਅਨੰਦਪੁਰ ਸਾਹਿਬ ਕਰਕੇ ਵਸਾਉਣਾ ਹੈ। ਇਸ ਤਰ੍ਹਾਂ ਵਸਾਇਆ ਮਹਾਰਾਜ ਸਾਹਿਬ ਜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ। ਇੱਥੇ ਭਾਗ ਲਾਏ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ। ਰੋਪੜ ਦਾ ਇੱਕ ਪੀਰ ਤੁਰਿਆ ਜਾਂਦਾ ਹੈ, ਉਹਨੇ ਪੁੱਛਿਆ ਇੱਥੇ ਕੌਣ ਆ ਕੇ ਬੈਠਾ? ਕਹਿੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਬੈਠੇ। ਕਹਿਣ ਲੱਗਾ ਉਹ ਗੁਰੂ ਹੀ ਕਾਹਦਾ ਹੋਇਆ ਜਿਹੜਾ ਮਹਿਲ ਮਾੜੀਆਂ ਬਣਾਉਂਦਾ ਪਿਆ ਹੈ? ਗੁਰੂ ਤਾਂ ਤਿਆਗੀ ਵਿਰਾਗੀ ਹੁੰਦਾ ਹੈ, ਗੁਰੂ ਕੋਲੋਂ ਮੇਰੇ ਸਵਾਲ ਦਾ ਜਵਾਬ ਲਿਓ, ਮੈਂ ਕੱਲ੍ਹ ਨੂੰ ਫਿਰ ਵਾਪਸ ਆਵਾਂਗਾ। ਮਹਾਰਾਜ ਨੂੰ ਪਤਾ ਲੱਗਿਆ, ਪਾਤਸ਼ਾਹ ਕਹਿੰਦੇ ਉਸ ਪੀਰ ਨੂੰ ਕਿਹੋ ਵੀ ਸਾਨੂੰ ਹੀ ਆ ਕੇ ਮਿਲੇ, ਅਸੀਂ ਜਵਾਬ ਦੇਵਾਂਗੇ। ਅਗਲੇ ਦਿਨ ਪੀਰ ਮਹਾਰਾਜ ਦੇ ਕੋਲ ਆਇਆ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਜਵਾਬ ਬੋਲ ਕੇ ਦਈਏ ਜਾਂ ਵਿਖਾ ਕੇ ਦਈਏ? ਮਹਾਰਾਜ ਦੇ ਬਚਨ ਸੁਣ ਕੇ ਆਖਦਾ, ਮਹਾਰਾਜ ਜੇ ਵਿਖਾ ਦਿਓ ਤਾਂ ਫਿਰ ਹੋਰ ਕੀ ਚਾਹੀਦਾ ਹੈ? ਕਹਿੰਦੇ ਫਿਰ ਨੇਤਰ ਬੰਦ ਕਰ। ਨੇਤਰ ਬੰਦ ਕੀਤੇ ਕੀ ਵੇਖਦਾ ਹੈ? ਬੈਕੁੰਠ ਧਾਮ ਦੇ ਵਿੱਚ ਸੋਨੇ ਦੇ ਪਲੰਘੇ ਦੇ ਉੱਪਰ ਵਿਅਕਤੀ ਬੈਠਾ ਆਰਾਮ ਕਰਦਾ ਪਿਆ। ਉਸ ਨੂੰ ਪੁੱਛਿਆ, ਇੰਨਾ ਸੁੱਖ ਤੈਨੂੰ ਕਿਉਂ ਮਿਲਿਆ ਹੈ? ਕਹਿਣ ਲੱਗਾ, ਪਿਛਲੇ ਜਨਮ ਦੇ ਵਿੱਚ ਮੇਰਾ ਸ਼ੇਰ ਦੀ ਜੂਨੀ ਮੈਨੂੰ ਪ੍ਰਾਪਤ ਹੋਈ ਸੀ, ਮੇਰੇ ਘੁਰਨੇ ਵਿੱਚ ਕੋਈ ਮਹਾਤਮਾ ਆ ਕੇ ਬੈਠੇ ਸਨ ਰਾਤ ਕੱਟਣ ਵਾਸਤੇ। ਰਾਤ ਨੂੰ ਮੀਂਹ ਪੈਣ ਲੱਗ ਪਿਆ, ਜਿਸ ਵੇਲੇ ਬਾਹਰੋਂ ਮੈਂ ਸ਼ਿਕਾਰ ਕਰਕੇ ਆਪਣੇ ਘੁਰਨੇ ਦੇ ਕੋਲ ਆਇਆ ਅਤੇ ਮੈਨੂੰ ਬੰਦਿਆਂ ਦੀ ਉਸ ਵੇਲੇ ਗੰਧ ਆ ਗਈ ਵੀ ਮੇਰੀ ਇਹ ਘਰ ਦੇ ਵਿੱਚ ਕੋਈ ਵਿਅਕਤੀ ਆਏ ਨੇ, ਮਹਿਮਾਨ ਨੇ, ਕੋਈ ਮੇਰਾ ਪਿਛਲਾ ਕਰਮ ਜਾਗਿਆ, ਮੈਂ ਬਾਹਰ ਹੀ ਬੈਠ ਗਿਆ, ਵੀ ਇਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੀਦਾ, ਇਹ ਮੇਰੇ ਮਹਿਮਾਨ ਨੇ। ਰਾਤ ਮੀਂਹ ਪੈਣ ਕਰਕੇ ਮੇਰੀ ਮੌਤ ਹੋ ਗਈ। ਜਦੋਂ ਮਹਾਤਮਾ ਬਾਹਰ ਨਿਕਲੇ ਨਾ ਮੇਰੇ ਘੁਰਨੇ ਵਿੱਚੋਂ, ਉਹਨਾਂ ਨੂੰ ਸਾਰੀ ਗੱਲ ਸਮਝ ਆ ਗਈ ਵੀ ਮੈਂ ਉਹਨਾਂ ਦੇ ਵਾਸਤੇ ਬਾਹਰ ਬੈਠਾ ਰਿਹਾ ਹਾਂ। ਉਹਨਾਂ ਨੇ ਦਇਆ ਕਰਕੇ ਉਸ ਵੇਲੇ ਮੇਰੇ ਸਿਰ ਦੇ ਉੱਪਰ ਮਹਾਤਮਾ ਨੇ ਪੈਰ ਰੱਖਿਆ, ਆਪਣਾ ਚਰਨ ਰੱਖਿਆ। ਕਹਿਣ ਲੱਗੇ, ਭਾਈ ਇਸ ਨੂੰ ਤਾਂ ਫਿਰ ਬੈਕੁੰਠ ਦਾ ਸੁੱਖ ਮਿਲਣਾ ਚਾਹੀਦਾ ਹੈ। ਅਤੇ ਮੈਨੂੰ ਉਹ ਸੁੱਖ ਮਿਲਦਾ ਪਿਆ, ਇੱਕ ਰਾਤ ਕੋਈ ਬੰਦਾ ਮੇਰੇ ਘਰ ਰਿਹਾ, ਮੈਂ ਉਹਨਾਂ ਦੀ ਸੇਵਾ ਵਿੱਚ ਰਿਹਾ ਅਤੇ ਮੈਨੂੰ ਬੈਕੁੰਠ ਦਾ ਸੁੱਖ ਮਿਲਿਆ ਹੈ।
ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਅਤੇ ਅਨੇਕ ਸੰਗਤਾਂ ਨੂੰ ਘਰ ਬਣਾ ਕੇ ਦਿੰਦੇ ਪਏ ਅਤੇ ਉਹਨਾਂ ਨੂੰ ਸੁੱਖ ਦਿੰਦੇ ਪਏ, ਉਸ ਮਹਿਮਾ ਨੂੰ ਤਾਂ ਕਿਹਾ ਹੀ ਨਹੀਂ ਜਾ ਸਕਦਾ। ਜਦੋਂ ਇਹ ਕੌਤਕ ਵਿਖਾਇਆ ਉਸ ਪੀਰ ਨੂੰ, ਪਾਤਸ਼ਾਹ ਕਹਿੰਦੇ ਹੁਣ ਨੇਤਰ ਖੋਲ੍ਹ ਅਤੇ ਹੁਣ ਸਵਾਲ ਕਰ ਕੀ ਹੈ। ਕਹਿਣ ਲੱਗਾ ਮਹਾਰਾਜ ਹੁਣ ਸਵਾਲ ਦੀ ਤਾਂ ਇੱਛਾ ਰਹੀ ਕੋਈ ਨਹੀਂ ਗਈ ਹੈ। ਚਰਨਾਂ 'ਤੇ ਨਮਸਕਾਰ ਕਰਕੇ ਮਹਾਰਾਜ ਸਾਹਿਬ ਜੀਆਂ 'ਤੇ ਉਸ ਵੇਲੇ ਜਿਹੜਾ ਪੀਰ ਹੈ ਉਹ ਸਫਲਾ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਐਸੀ ਕਿਰਪਾ ਕਰਕੇ ਸੰਗਤ ਨੂੰ ਉਤਾਰਿਆ ਹੈ, ਬਖਸ਼ਿਸ਼ਾਂ ਕੀਤੀਆਂ। ਐਸੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਅੱਜ ਆਪਾਂ ਨੂੰ ਪ੍ਰਕਾਸ਼ ਦਿਹਾੜਾ ਪ੍ਰਾਪਤ ਹੋ ਰਿਹਾ। ਮਹਿਮਾ ਤਾਂ ਸਤਿਗੁਰਾਂ ਦੀ ਬਹੁਤ ਵੱਡੀ ਹੈ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੇ ਨਿਧਾਨਾ। ਇੰਨੇ ਕੁ ਬਚਨ ਆਪ ਸੰਗਤਾਂ ਨੇ ਆਪਣੀ ਝੋਲੀ ਪਵਾ ਲੈਣੇ, ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਿਸ਼ ਕਰਨੀ। ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮਿਲੋ। ਅਰਧ ਕੋ ਅਰਧਿਆ, ਸੰਤ ਕੋ ਸਰਦਿਆ, ਸਰਲ ਕੋ ਸਰਲ ਸਮਾਨ ਆਇਆ। ਬਦਲ ਜੈ ਦਿਓ ਜੈ ਦੇਵ ਕੋ ਰਮਿਆ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ਹੀਦੀ ਦਿਹਾੜੇ ਵਿੱਚ ਅੱਜ 3 ਵਜੇ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਣੇ। 40 ਦਿਨ ਦੀ ਲੜੀ ਚੱਲੇਗੀ।